ਵੱਖ ਵੱਖ ਪਿੰਡਾਂ ਤੋਂ ਆਏ ਮੇਰੇ ਕਿਸਾਨ ਮਜ਼ਦੂਰ ਵੀਰ, ਸਤਿਕਾਰਯੋਗ ਬੀਬੀਆਂ ਭੈਣਾਂ, ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ। ਮੇਰੇ ਵੀਰੋ, ਸਿਸਟਮ ਦੇ ਨਾਲ ਸਿਸਟਮ ਬਹੁਤ ਆਇਆ ਜੀ ਖਰਾਬ ਆ। ਇਹ ਸਿਸਟਮ ਦੇ ਨਾਲ ਲਗਾਤਾਰ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਰਹਿਣਾ ਪਊਗਾ। ਜੇ ਉੱਚੀਆਂ ਧੜਾਂ ਕਰਕੇ ਜੁੜਾ ਅਣਪਛਾਣ ਦੇ ਨਾਲ ਜੁੜਾ ਵਾ ਤੇ ਫਿਰ ਸਾਨੂੰ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਉਣਾ ਪਊਗਾ। ਜੇ ਅਸੀਂ ਦਿਨ ਇਕੱਠੀ ਕਰਨੀ ਆ ਧੜਾਂ ਨੀਵੀਆਂ ਕਰਕੇ ਜੀਣਾ ਵਾ ਤੇ ਫਿਰ ਸਾਨੂੰ ਐਮ ਐਲ ਏ ਦੀ ਯਾਰੀ ਵਧੀਆ ਵਾ। ਬਾਕੀ ਰੀਤੀ ਰਿਵਾਜ ਸਾਰੇ ਕੰਮ ਸ਼ੁਰੂ ਕਰ ਦਿੱਤੇ ਪਰ ਅਸੀਂ ਜੰਗ ਦੇ ਮੈਦਾਨ ਵਿੱਚ ਨਾ ਗਏ। ਗੁਰੂ ਸਾਹਿਬ ਬਾਣੀ ਦੇ ਵਿੱਚ ਲਿਖਣੇ ਆ ਰਤਨ ਸਾਧ ਕੈਦੀ ਸੰਗ ਲਾਗੈ ਜਾਂ ਤਾਂ ਇੱਕ ਅਸੂ ਨਾ ਪਾਈਏ। ਬੰਦਿਆਂ ਸੱਤ ਨੂੰ ਛੱਡ ਕੇ ਕਦੋਂ ਤੂੰ ਹਜ਼ਾਰ ਵੱਲ ਤੁਰ ਪਿਆ ਵਾ ਜਿੱਥੇ ਤੈਨੂੰ ਕੁਛ ਵੀ ਪ੍ਰਾਪਤ ਨਹੀਂ ਜਾਣਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ, ਜਿੰਦਾਬਾਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ, ਜਿੰਦਾਬਾਦ। ਕਹਿੰਦਾ ਜਾ ਕੇ ਪੱਥਰ ਲੁੱਟਦਾ ਕਿਸੇ ਨੂੰ ਮਿਲਦਾ ਜਾ ਕੇ ਉਹਨੂੰ ਕਹਿੰਦਾ ਜੀ ਪੱਥਰ ਲੈ ਲਓ ਮੇਰਾ। ਉਹ ਕਹਿੰਦੇ ਜੀ ਕੀ ਭਾਅ ਆ? ਉਹ ਦੋ ਅੰਗਲਾਂ ਖੜੀਆਂ ਕਰ ਲੈਂਦਾ। ਅੱਗੇ ਉਹ ਜਵਾਬ ਆਉਂਦਾ ਕਿ ਦੋ ਰੁਪਈਏ। ਮੈਂ ਪੰਜਾਬੀ ਭਾਸ਼ਾ ਦੀ ਵਰਤੋਂ ਕਰ ਰਿਹਾ ਇੱਥੇ। ਅੱਗੇ ਜਵਾਬ ਆਉਂਦਾ ਕਿ ਦੋ ਰੁਪਈਏ। ਉਹ ਘਰ ਆ ਕੇ ਆਪਣੇ ਪਿਤਾ ਨੂੰ ਕਹਿੰਦਾ ਕਿ ਮੈਂ ਪੱਥਰ ਵੇਚਣ ਗਿਆ ਸਾਂ ਅਤੇ ਮੈਨੂੰ ਇੱਕ ਲੇਡੀ ਮਿਲੀ ਜਿਹੜੀ ਮੈਨੂੰ ਇਹ ਕਹਿੰਦੀ ਹੈ ਕਿ ਇਹਦਾ ਭਾਅ ਦੋ ਰੁਪਈਏ। ਉਹ ਕਹਿੰਦਾ ਫਿਰ ਜਾ। ਉਹ ਫਿਰ ਜਾਂਦਾ। ਜਦੋਂ ਅਗਲਾ ਦਿਨ ਚੜ੍ਹਦਾ ਜਾਂਦਾ ਤਾਂ ਕਿਸੇ ਨੂੰ ਜਾ ਕੇ ਕਹਿੰਦਾ ਮੇਰਾ ਪੱਥਰ ਲੈ ਲਓ। ਉਹ ਕਹਿੰਦਾ ਕਿੰਨੇ ਦਾ? ਉਹ ਫਿਰ ਉਂਗਲਾਂ ਦੋ ਕਰਕੇ ਦਿਖਾਉਂਦਾ ਜੀ ਇੰਨੇ ਦਾ। ਉਹ ਕਹਿੰਦਾ ਜੀ 2000 ਦਾ। ਉਹ ਫਿਰ ਆ ਕੇ ਕਹਿੰਦਾ ਕਹਿੰਦਾ ਜੀ ਮੈਨੂੰ ਅੱਜ ਕਹਿੰਦੀ ਹੈ 2000 ਦਾ ਪੱਥਰ ਦੇ ਦਿਓ। ਉਹ ਕਹਿੰਦਾ ਫਿਰ ਜਾ। ਉਹ ਫਿਰ ਭੇਜਦਾ ਵਾਪਸ ਉਹਨੂੰ। ਜਦੋਂ ਫਿਰ ਜਾਂਦਾ ਨਾ ਫਿਰ ਉਹੀ ਕਿੰਨੇ ਦਾ ਜੀ? ਇੱਕ ਬੰਦਾ ਮਿਲਦਾ ਕਿੰਨੇ ਦਾ ਪੱਥਰ? ਕਹਿੰਦਾ ਜੀ 2। ਉਹ ਕਹਿੰਦਾ 2 ਕਰੋੜ ਦਾ। ਉਹ ਬੜਾ ਖੁਸ਼ ਹੋ ਕੇ ਘਰ ਨੂੰ ਆਉਂਦਾ। ਉਹਦਾ ਪਿਓ ਕਹਿੰਦਾ ਇੱਥੋਂ ਇੱਕ ਸਿੱਖਿਆ ਮਿਲਦੀ ਆ ਪੁੱਤਰਾ, ਜੇ ਚੰਗੇ ਮਾਨਸਿਕਤਾ ਵਾਲੇ ਲੋਕਾਂ ਨਾਲ ਰਹਾਂਗੇ ਤਾਂ ਤੁਹਾਡਾ ਮੁੱਲ ਵੀ ਕਰੋੜਾਂ 'ਚ ਪਏਗਾ। ਜੇ ਮਾੜੀ ਮਾਨਸਿਕਤਾ ਮਾੜੇ ਲੋਕਾਂ ਨਾਲ ਰਹਾਂਗੇ ਤੁਹਾਡਾ 2 ਰੁਪਈਆਂ 'ਚ ਹੀ ਮੁੱਲ ਪਏਗਾ। ਮਾੜੇ ਪਾਸੇ ਵੱਲ ਜਾਣਾ। ਜਿੱਥੇ ਅਸੀਂ ਜੁੜੇ ਹੋਏ ਹਾਂ ਨਾ ਤੇ ਸਾਡਾ ਇਹਨਾਂ ਲੋਟੂ ਕਰਪਟ ਲੋਕਾਂ ਦੇ ਖਿਲਾਫ ਲੜਨਾ ਪੈਣਾ। ਧੱਕਾ ਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਧੱਕਾ ਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ। ਸਾਡਾ ਹੱਕ ਇੱਥੇ ਰੱਖ, ਸਾਡਾ ਹੱਕ ਇੱਥੇ ਰੱਖ, ਸਾਡਾ ਹੱਕ ਇੱਥੇ ਰੱਖ। ਸਾਨੂੰ ਖੜਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਸੇਵਕ ਸਿੰਘ ਕਹਿਲੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ, ਜੂਨ ਸੰਤ ਬਾਬਾ ਪ੍ਰੇਮ ਸਿੰਘ ਯੂਥ ਪ੍ਰਧਾਨ, ਜੋ ਅੱਜ ਸਾਡਾ ਏਜੰਡਾ ਵਾ SHO ਟਾਂਡਾ, ਜੋ ਧਰਨਾ ਲਾਇਆ ਸੀ ਸਕੂਲਾਂ ਨੂੰ ਹੱਕ 'ਚ ਲੈ ਕੇ ਸਕੂਲ ਖੋਲੋ, ਉਹਦੇ ਵਿੱਚ ਗਲਤ ਬੋਲਿਆ ਗਿਆ। ਮੈਂ ਪਰਚੇ ਕਰ ਦੂੰ, ਮੈਂ ਸਾਰਾ ਕੁਛ ਕਰ ਦੂੰਗਾ ਉਹਦੇ ਸੰਬੰਧ, ਜਾਂ ਹੋਰ ਝੂਠੇ ਪਰਚੇ ਕੀਤੇ MLA ਵੱਲੋਂ ਜਾਂ ਕਿਸੇ ਦੇ ਨਿੱਜੀ ਪਰਚੇ ਕੀਤੇ ਗਏ ਸਾਡੇ ਜਥੇਬੰਦੀ ਦੇ, ਉਹਦੇ ਸੰਬੰਧ ਵਿੱਚ ਅੱਜ ਅਸੀਂ ਇੱਥੇ ਆਏ ਹਾਂ। ਆਣ ਕੇ ਕਿਸੇ ਅਫਸਰ ਨੂੰ SSP ਨੂੰ ਮਿਲਣਾ, ਉਹ ਨਹੀਂ ਮਿਲਿਆ, DSP ਸਾਰੇ ਕੋਈ ਨਹੀਂ, ਜਿਹਨੂੰ ਮਰਜ਼ੀ ਮਿਲਾ ਦਿਓ, ਕੋਈ ਅਫਸਰ ਨਹੀਂ ਇੱਥੇ। ਸਾਰੇ ਅਫਸਰ ਸਾਰੇ ਕਹਿੰਦੇ BG ਆ ਚੋਣਾਂ 'ਚ, ਠੀਕ ਹੈ। ਜੇ ਚੋਣ ਚੱਲਦੇ ਆ ਜਿਹੜੇ ਲੋਕ ਆ ਉਹਨਾਂ ਦੀ ਕੋਈ ਸੁਰੱਖਿਆ ਨਹੀਂ, ਉਸ ਪਸਾਜਨ ਦਾ ਕੋਈ ਨਹੀਂ ਬਣਦਾ। ਇੱਥੇ ਕੋਈ ਵਾਰਦਾਤ ਹੁੰਦੀ, ਦਿਨੋ ਦਿਨ ਚੋਰੀ ਹੁੰਦੀ ਆ, ਚਿੱਟਾ ਵੇਖਦਾ ਸਮੈਕ ਵੇਚਦੀ, ਪਿੰਡ ਪਿੰਡ ਸ਼ਰਾਬ ਵੇਖਦੀ, ਹੁਣ ਕਹਿੰਦੇ ਨਸ਼ੇ ਬੰਦ ਵਾ। MLA ਪਿੰਡ ਪਿੰਡ ਸ਼ਰਾਬ ਹੁਣ ਪਲਾਉਂਦੇ ਆ, ਉਹ ਦੱਸੋ ਕਿਹੜੇ ਪੁਲਿਸ ਦੀ ਸ਼ਹਿਰ ਹੁੰਦੀ ਹੈ? ਇਹ ਪੁਲਿਸ ਸਾਰਾ ਜਿਹੜਾ ਹੈਗਾ ਡਿਪਾਰਟਮੈਂਟ ਜਿਹੜਾ ਵੀ ਸਾਰਾ ਹੈਗਾ, ਇਹ ਸਾਰਾ ਰਲਿਆ ਵਾ, ਚੋਰ ਕੁੱਤੀ ਰਲੀ ਆ। ਇਹਨਾਂ ਨੂੰ ਨੱਥ ਪਾਉਣੇ ਪੈਣੀ, ਵੱਧ ਤੋਂ ਵੱਧ ਆਪਾਂ ਜਥੇਬੰਦ ਹੋਈਏ, ਆਪਣੇ ਪਿੰਡਾਂ ਦੀ ਲਾਮਬੰਦੀ ਕਰੀਏ। ਜਗ
ਰੱਖਣ ਦੀ ਲੋੜ ਆ। ਇਹਨਾਂ ਐਮ ਐਲ ਏ ਜਾਂ ਅਫਸਰ ਸ਼ਾਹੀ ਨੇ ਕਿਸੇ ਨੇ ਕੁਛ ਕਰਨਾ, ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੋਇਆ ਪਿਆ ਆਪਣਾ ਸਿਸਟਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ। ਧੱਕਾ ਕਰਦੀ ਆ, ਕੱਲ ਮੋਟਰਾਂ ਰੱਖੀਆਂ, ਮੇਰੀ ਮੋਟਰ ਵੀ ਚੋਰੀ ਹੋਈ। ਉਸ ਮੁੰਡੇ ਨੇ ਕਹਿੰਦੇ ਕੈਂਪ ਚੁਕਾਇਆ, ਹੁਣ ਚੋਰਾਂ ਨੇ ਕੈਂਪ ਚੱਕਣਾ, ਹੁਣ ਇਹਨਾਂ ਦਾ ਫੋਰਸ ਹੈ ਨੀ, ਹੁਣ ਇਹ ਬਿਜੀ ਆ, ਹੁਣ ਇਲੈਕਸ਼ਨ ਚ ਬਿਜੀ ਆ, ਹੁਣ ਵਫ਼ਾਦਾਰ ਬਣੇ ਐਮ ਐਲ ਏ ਦੇ, ਐਮ ਐਲ ਏ ਦੇ ਵਫ਼ਾਦਾਰ ਬਣੇ ਆ, ਸਾਡੇ ਐਮ ਐਲ ਏ ਆ, ਪਤਾ ਨੀ ਕਿਹੜਾ ਆਇਆ, ਸਾਨੂੰ ਚਿਮਚਾਗਰੀ ਕਰਨੀ ਪੈਣੀ, ਦਬਕੇ ਨਾ ਵੱਜਣਗੇ। ਪਹਿਲਾਂ ਨੇ ਤੇ ਐਮ ਐਲ ਏ ਨੇ ਲਾਲ ਲੈਣੀਆਂ, ਕਿਸੇ ਨੇ ਲਾਲ ਡੈਰੀ ਚ, ਕਿਸੇ ਨੇ ਨੀਜੀ ਨਾ ਲਿਖੇ ਆ, ਕਿਹੜੇ ਬਦਲੀ ਕਰਨੀ, ਕਿਹੜੇ ਖੁੱਡੇ ਲੈਣ ਲੈਂਦੇ। ਮੈਂ ਇਹਨਾਂ ਨੂੰ ਕਹਿੰਦਾ ਨਾ, ਸਰਦਾਰੀ ਆ ਤੁਹਾਡੀ, ਸਰਦਾਰੀ ਕਰੋ ਯਾਰ। ਕਿੱਡਾ ਤਗੜਾ ਪੰਜਾਬ ਰਹਿ ਗਿਆ, 2.5 ਘੰਟੇ ਤੋਂ ਚੰਡੀਗੜ੍ਹ ਦੇ ਨੀ ਲੱਗਦੇ, ਆਪਣੀ ਗੱਡੀ ਆ ਟੋਰ ਮੈਂ ਡਿਊਟੀ ਕਰਨ ਵਾਪਸ ਆਉਣ। ਬਦਲੀ ਕਰਾ ਸਕਦੇ, ਇਹਨਾਂ ਨੂੰ ਕੁਛ ਨੀ ਕਰਾ ਸਕਦੇ, ਪਰ ਇਹਨਾਂ ਨੂੰ ਪੈਸੇ ਨਾ ਮਤਲਬ, ਜਦੋਂ ਭੁੱਖ ਵੱਧ ਜੇ ਆਪਾਂ ਜਾਨਵਰ ਰੱਖਦੇ, ਇਹਨੂੰ ਰੋਟੀਆਂ ਜਿੰਨੀਆਂ ਮਰਜ਼ੀ ਪਾਈ ਜਾਓ, ਜਿੰਨੀਆਂ ਮਰਜ਼ੀ ਵਧਾਓ ਉਹਦੀਆਂ, ਜਾਨਵਰ ਦੀ ਭੁੱਖ ਵੱਧ ਜਾਂਦੀ। ਉਹ ਸਾਹਿਬ ਜਿਹੜਾ ਭੁੱਖ ਵੱਧ ਜੇ ਪੈਸੇ ਦੇਣੇ, ਐਮ ਐਲ ਏ ਨੂੰ ਹਿੱਸਾ ਦੇਣਾ, ਜਿਹੜਾ ਵੱਡਾ ਹਿੱਸਾ ਦੇਵੇ ਉਹਨਾਂ ਨੇ ਰੱਖਣਾ, ਜਿਹੜਾ ਉਹਨਾਂ ਦੀ ਗੱਲ ਮੰਨੇ। ਕੀ ਗੱਲ ਜਾਂਦੇ, ਚੋਰੀਆਂ ਨੂੰ ਹਟ ਗਈਆਂ, ਵਾਰਦਾਤਾਂ ਰੋਜ਼ ਹੁੰਦੀਆਂ, ਜੇ ਉਹ ਮੁੰਡੇ ਦਾ ਡੈਂਪ ਚੁਕਾ ਸਕਦੇ, ਕੀ ਗੱਲ ਚੋਰਾਂ ਦਾ ਡੈਂਪ ਨੀ ਚੁਕਾ ਸਕਦੇ, ਉਸ ਟਾਈਮ ਕਿਹੜਾ ਸੀ ਰਾਤ ਨੂੰ ਟ੍ਰਾਂਸਫਰ ਬੁਲਾਉਂਦਾ, ਪਰ ਨਹੀਂ ਹਿੱਸਾ ਜਾਂਦਾ, ਅੱਧਾ ਤਾਂਬਾ ਇਹਨਾਂ ਨੂੰ ਮਿਲਦਾ ਮੋਟਰਾਂ ਦਾ ਟ੍ਰਾਂਸਫਰ ਦਾ, ਅੱਧਾ ਉਹ ਵਿਚਾਰੇ ਰੱਖਦੇ, ਉਹ ਵੀ ਕਾਹਦਾ ਰੱਖਣਾ, ਨਸ਼ਾ ਹੀ ਲੈਣਾ, ਉਹ ਵੀ ਇਹ ਵੇਚਦੇ ਆ। ਉਦਾਂ ਦਾ ਬੰਦਾ ਬੀੜੀਆਂ ਨੀ ਚੌਂਕ ਚ ਬੋਲ ਸਕਦਾ, ਇਹਨਾਂ ਦੇ ਨਾਲ ਨਾਲ ਰਲਿਆ ਹੋਵੇ ਤੇ ਕਿਹੜੀ ਰੇੜੀ ਹੈ, ਜੇ ਇਹਨਾਂ ਦਾ ਹੱਸਾ ਨੀ, ਬੀੜੀ ਵਾਲੇ ਨੂੰ ਮਾਰਦੇ ਦੋਗੇ, ਤੈਨੂੰ ਲੋੜ ਆ ਬੀੜੀ ਰੱਖਣੀ, ਨਸ਼ੇ ਬੰਦ ਕਰਾਇਆ, ਪਰ ਨਹੀਂ ਜੇ ਇਹ ਸਾਰਾ ਖੜੇ ਫੇਰ ਭਾਵੇਂ ਜੋ ਮਰਜ਼ੀ ਚਿੱਟਾ ਭੁੱਕੀ ਜੋ ਕੋਈ ਸਮੈਕ ਸਮੁੰਗ ਸਾਰਾ ਉਹ ਵੇਚੀ ਜਾਵੇ, ਫਿਰ ਕਹਿੰਦੇ ਸਿਹਤ ਲਈ ਚੰਗੀ ਹੁੰਦੀ ਸੀਮ, ਮਾਸਾ ਮਾਸਾ ਖਾਣੀ ਚਾਹੀਦੀ ਆ।